ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ, ਜਿਹੜਾ ਕਿ ਮੰਦਰਾਂ 'ਚ ਜੇ ਟੱਲ ਵੱਜ ਰਹੇ ਆ ਉਹ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੱਜ ਰਹੇ ਆ ਨਾ, ਮਤਲਬ ਉਹਨਾਂ ਦੀ ਕਿਰਪਾ ਨਾਲ। ਜੇ ਤਿਲਕ ਲੱਗ ਰਹੇ ਆ ਜਾਂ ਜੋਤਾਂ ਜਗ ਰਹੀਆਂ, ਜੋ ਵੀ ਹੋ ਰਿਹਾ ਸਾਰੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹੀ ਹੋ ਰਿਹਾ ਵਾ ਨਾ। ਜੇ ਗੁਰੂ ਪਾਤਸ਼ਾਹ ਨਾ ਸ਼ਹਾਦਤ ਦਿੰਦੇ, ਨਾ ਸ਼ਹੀਦੀ ਕਰਾਉਂਦੇ, ਤੇ ਸੋਚ ਕੇ ਦੇਖੋ ਮਤਲਬ ਕਿ ਸਭ ਕੁਛ ਖਤਮ ਸੀ। ਉਹ ਬ੍ਰਾਹਮਣ ਪੰਡਤਾਂ ਨੂੰ ਆਇਆ ਸੀ ਨਾ ਵੀ ਅਸੀਂ ਜਾਂਦੇ ਅਮਰਨਾਥ ਦੀ ਗੁਫਾਵਾਂ ਵਿੱਚ ਨਾ, ਉੱਥੇ ਜਾ ਕੇ ਕਿਸੇ ਦੇਵਤੇ ਨੂੰ ਪ੍ਰਗਟ ਕਰਦੇ, ਕਿਉਂਕਿ ਮੋਢੀ ਦੇਵਤਾ ਮੰਨਿਆ ਜਾਂਦਾ ਸ਼ਿਵ ਜੀ ਹੈ ਨਾ। ਹੁਣ ਉਹਨਾਂ ਨੇ ਕਿਹਾ ਅਸੀਂ ਸ਼ਿਵ ਜੀ ਨੂੰ ਪ੍ਰਗਟ ਕਰ ਲਾਂਗੇ, ਅਮਰਨਾਥ ਦੀ ਗੁਫਾ ਵਿੱਚ ਜਾਂਦੇ ਆ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਇੱਕ ਨਵੀਂ ਵੀਡੀਓ ਵਿੱਚ। ਅੱਜ ਦੀ ਵੀਡੀਓ ਜਿਹੜਾ ਥੰਬਨੇਲ ਟਾਈਟਲ ਵਿੱਚ ਆਪਾਂ ਇੱਕ ਗੱਲ ਲਿਖੀ ਹੈ, ਦਾਤਾ ਸ਼੍ਰੀ ਗੁਰੂ ਤੇਗ ਬਹਾਦਰ ਕਹਿੰਦੇ ਜਿਹਨੂੰ ਹਿੰਦ ਦੀ ਚਾਦਰ ਦਿੱਲੀ ਜਾਂ ਸੀਸ ਵਾਰਿਆ ਨਾ, ਮਤਲਬ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਜਿਹੜਾ ਕਿ ਸ਼ਹੀਦੀ ਦਿਹਾੜਾ ਵਾ, ਉਹਨਾਂ ਦੀ ਅੱਜ ਦੇ ਦਿਨ ਸ਼ਹੀਦੀ ਹੋਈ ਆ। ਕਿਵੇਂ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਕੀਤੀ ਆ, ਕਿਵੇਂ ਉਹਨਾਂ ਨੇ ਸਨਾਤਨ ਧਰਮ, ਹਿੰਦੂ ਧਰਮ ਨੂੰ ਬਚਾਇਆ ਵਾ, ਇਸ ਦੁਨੀਆਂ ਨੂੰ, ਇਸ ਮਾਨਵਤਾ ਨੂੰ ਬਚਾਇਆ ਵਾ ਆਪਣੀ ਸ਼ਹੀਦੀ ਦੇ ਕੇ ਨਾ। ਉਹ ਸਾਰੇ ਇਤਿਹਾਸ ਦੀ ਆਪਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਲੱਗੇ। ਉਮੀਦ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ, ਲਾਈਕ ਕਰਕੇ, ਕਮੈਂਟ ਕਰਕੇ ਆਪਣਾ ਫਰਜ਼ ਪੂਰਾ ਕਰੋ ਤੇ ਹੋਰ ਭੈਣ ਭਰਾਵਾਂ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਰੀਚ ਵਧੇ ਵੀਡੀਓ ਦੀ, ਹੈ ਨਾ ਜੀ। ਤੇ ਗੱਲਬਾਤ ਐਦਾਂ ਜੀ, ਦੇਖੋ ਜੀ, ਪਹਿਲੇ ਉਸ ਸਮੇਂ ਦੇ ਆਪਾਂ ਜਿਹੜਾ ਕਿ ਰਾਜ ਕਰਨ ਵਾਲਾ ਹੁਕਮਰਾਨ ਕੌਣ ਸੀ ਨਾ, ਕਿਉਂਕਿ ਇਹ ਸਾਰਾ ਇਤਿਹਾਸ ਹੀ ਉਹਦੇ ਨੇੜੇ ਤੇੜੇ ਘੁੰਮਦਾ ਵਾ ਨਾ। ਹੁਣ ਦੇਖੋ ਜੀ, ਸਭ ਤੋਂ ਪਹਿਲੇ ਗੱਲ ਕਰਦੇ ਆਪਾਂ ਔਰੰਗਜ਼ੇਬ ਬਾਦਸ਼ਾਹ ਦੀ, ਹੈ ਨਾ। ਹੁਣ ਔਰੰਗਜ਼ੇਬ ਬਾਦਸ਼ਾਹ ਜਿਹਨੂੰ ਔਰੰਗਾ ਵੀ ਕਿਹਾ ਗਿਆ ਵਾ ਨਾ, ਔਰੰਗਜ਼ੇਬ ਬਾਦਸ਼ਾਹ ਨੇ ਇੰਨੀ ਅੱਤ ਚੁੱਕੀ, ਇੰਨਾ ਜ਼ਿਆਦਾ ਜ਼ੁਲਮ ਕਮਾਇਆ ਵਾ, ਕਿਉਂਕਿ ਉਸ ਸਮੇਂ ਦਾ ਉਹ ਬਾਦਸ਼ਾਹ ਸੀ ਭਾਰਤ ਵਰਸ਼ ਦਾ, ਇਸ ਹਿੰਦੁਸਤਾਨ ਦਾ, ਇਸ ਇੰਡੀਆ ਦਾ ਨਾ। ਤੇ ਉਹਨੇ ਜਿੰਨਾ ਜ਼ੁਲਮ ਕਮਾਇਆ ਵਾ, ਇੰਨਾ ਜ਼ੁਲਮ ਤੇ ਕਿਸੇ ਨੇ ਰਾਜੇ ਨੇ ਇੰਨਾ ਜ਼ੁਲਮ ਕਿਸੇ ਬਾਦਸ਼ਾਹ ਨੇ ਨਹੀਂ ਕਮਾਇਆ ਨਾ। ਉਹਨੇ ਕੀ ਕੀਤਾ ਜੀ, ਉਸ ਸਮੇਂ ਦੇ ਜਿੰਨੇ ਵੀ ਮਤਲਬ ਕਿ ਉਹਨੇ ਧਰਮ ਸੀ, ਸਭ ਦੀ ਬੇਬਤੀਆਂ ਸ਼ੁਰੂ ਕੀਤੀਆਂ ਨਾ, ਧੀਆਂ ਭੈਣਾਂ ਦੀ ਬੇਬਤੀਆਂ ਸ਼ੁਰੂ ਕੀਤੀਆਂ, ਮਤਲਬ ਸਭ ਜ਼ੁਲਮ ਉਹਨੇ ਕਮਾਏ ਨਾ। ਅੱਜ ਤੱਕ ਇਤਿਹਾਸ 'ਚ ਕਿਹਾ ਜਾਂਦਾ ਕਿ ਹੁਣ ਇੱਕ ਗੱਲ ਦਾ ਇੱਥੇ ਮੈਂ ਤੁਹਾਨੂੰ ਦੱਸਦਾ ਵਾਂ, ਉਸ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ। ਉਹਨੇ ਆਪਣੇ ਸਕੇ ਭਰਾਵਾਂ ਨੂੰ ਨਹੀਂ ਬਖਸ਼ਿਆ ਵੀ ਆਇਆ ਸੀ ਵੀ ਗੱਦੀ ਨਾ ਦੇਣੀ ਪਵੇ, ਰਾਜ ਭਾਗ ਨਾ ਦੇਣਾ ਪਵੇ, ਜਾਂ ਮੰਗ ਨਾ ਲੈਣਾ ਨਾ, ਰਿਸ਼ਤੇਦਾਰੀ ਕਿਸੇ ਵੀ ਤਰੀਕੇ ਨਾਲ। ਉਹਨੇ ਆਪਣੇ ਭਾਵਾਂ ਨੂੰ ਉਹਨੇ ਆਪਣੇ ਭਰਾਵਾਂ ਨੂੰ ਕਤਲ ਕਰਾਇਆ ਨਾ, ਸਕੇ ਭਰਾਵਾਂ ਨੂੰ ਉਹਨੇ ਆਪਣੇ ਭਰਾਵਾਂ ਨੂੰ ਬੰਦੀ ਕਰਵਾਇਆ, ਨਜ਼ਰਬੰਦ ਕਰਵਾਇਆ, ਤਸ਼ੱਦਦ ਕੀਤੇ, ਜ਼ੁਲਮ ਕੀਤੇ। ਅੱਤੋ ਤੱਕ ਭੈਣ ਤੱਕ ਨੂੰ ਨਹੀਂ ਬਖਸ਼ਿਆ, ਜਿਹੜੇ ਭੈਣ ਨੂੰ ਲੋਕ ਪਿਆਰ ਕਰਦੇ, ਇੱਕ ਰਾਵਣ ਸੀ ਜਿਹਨੇ ਆਪਣੇ ਭੈਣ ਦੇ ਨੱਕ ਵੱਡੇ ਦੇ, ਮਤਲਬ ਕਿ ਜੰਗ ਇੱਡੀ ਵੱਡੀ ਲੜ ਲਈ, ਤੇ ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਜਿਹਨੇ ਆਪਣੀ ਭੈਣ ਦਾ ਮਤਲਬ ਕਿ ਆਇਆ ਸੀ ਉਹਨੂੰ ਕਿ ਵਿਆਹ ਕਰ ਦਾਂਗੇ, ਹਿੱਸੇਦਾਰੀ ਦੇਣੀ ਪਊ ਜਾਂ ਲੈਣਾ ਦੇਣਾ ਨੇ, ਜੋ ਵੀ ਰਾਜ ਭਾਗ ਦੇਣਾ ਪਏ, ਵੰਡਣਾ ਪਏ, ਤੇ ਉਹਨੇ ਆਪਣੀ ਭੈਣ ਨੂੰ ਵੀ ਕਤਲ ਕਰਾਤਾ। ਤੇ ਰਿਹਾ ਬਾਕੀ ਪਿਓ, ਉਹਨੇ ਆਪਣੇ ਪਿਓ ਨੂੰ ਵੀ ਨਹੀਂ ਬਖਸ਼ਿਆ, ਉਹਨੇ ਆਪਣੇ ਪਿਤਾ ਨੂੰ ਜਿਹੜਾ ਕਿ ਨਜ਼ਰਬੰਦ ਕਰਵਾਇਆ, ਤਸ਼ੱਦਦ ਕੀਤੇ, ਜ਼ੁਲਮ ਕੀਤੇ, ਮਤਲਬ ਇੱਥੋਂ ਤੱਕ ਉਹਨੇ ਸਾਰੀ ਲਿਮਿਟ ਪਾਰ ਕੀਤੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਔਰੰਗਜ਼ੇਬ ਜਿਹੜਾ ਕਿ ਪਾਪੀ ਤੇ ਕਿੰਨਾ ਦੁਸ਼ਟ ਰਾਜਾ ਹੋਇਆ ਹੋਣਾ, ਮਤਲਬ ਕਿ ਰਾਕਸ਼ਸ ਦਾ ਘੱਟ ਨਹੀਂ ਸੀ ਇਹਨਾਂ ਨੇ ਜੁੰਦਾ ਜੀ, ਦੁਨੀਆਂ ਨੂੰ ਜਿਹੜਾ ਕਿ ਮਰਨ ਤੇ ਮਜਬੂਰ ਕਰਤਾ ਨਾ, ਜਿੰਨਾ ਚਿਰ ਦਾ ਰਾਜ ਭਾਗ ਰਿਹਾ ਵਾ। ਹੁਣ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਨਾਲ ਦਾ ਇਤਿਹਾਸ ਕਿਵੇਂ ਜੁੜਦਾ ਵਾ। ਦੇਖੋ ਜੀ, ਔਰੰਗਜ਼ੇਬ ਬਾਦਸ਼ਾਹ ਐਡਾ ਵੱਡਾ ਬਾਦਸ਼ਾਹ ਸੀ ਨਾ, ਮਤਲਬ ਉਹਨੇ ਕੋਈ ਇਲਾਕਾ, ਕੋਈ ਐਸੇ ਥਾਂ ਨਹੀਂ ਬਖਸ਼ੀ ਜਿੱਥੇ ਜ਼ੁਲਮ ਦਾ ਇਤਿਹਾਸ ਨਾ ਕੀਤਾ ਹੋਵੇ, ਜ਼ੁਲਮ ਤਸ਼ੱਦਦ ਨਾ ਕੀਤੇ ਹੋਵੇ ਕਿਸੇ ਦੇ ਵੀ, ਹੈ ਨਾ, ਸਾਰਿਆਂ ਦੇ। ਤੇ ਸਿੱਖ ਧਰਮ ਦਾ ਇੱਕ ਅਸੂਲ ਹੈ ਗਊ ਗਰੀਬ ਦੀ ਰੱਖਿਆ ਕਰਨਾ ਨਾ। ਹੁਣ ਅੱਤੇ ਗੱਲ ਆ ਜਾਂਦੀ ਹੈ ਜੀ, ਉਹਨੇ ਜਿਹੜਾ ਕਿ ਇੱਕ ਆਪਣਾ ਜਿਹੜਾ ਮਤਾ ਪਾਸ ਕੀਤਾ ਉਸ ਸਮੇਂ ਦੇ ਵਿੱਚ ਆਪਣੇ ਸਾਥੀਆਂ ਨਾਲ ਰਲ ਕੇ, ਹੈ ਨਾ, ਜਿਵੇਂ ਮੰਤਰੀ ਸ਼ੰਤਰੀ ਜਾਂ ਜੋ ਵੀ ਸੀ ਉਹਦੇ ਨਾਲ, ਹੈ ਨਾ, ਜਿਹੜੇ ਵੀ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ, ਹੈ ਨਾ। ਤੇ ਉਹਨੇ ਉਹਨਾਂ ਨਾਲ ਮਤਲਬ ਕੀ ਕੀਤਾ, ਮਤਲਬ ਮਤਾ ਪਾਸ ਕਰਵਾਇਆ ਵੀ ਜੇ ਦੁਨੀਆਂ 'ਚ ਕੋਈ ਧਰਮ ਹੋਣਾ ਚਾਹੀਦਾ ਵਾ ਤੇ ਸਿਰਫ ਮੁਸਲਿਮ ਧਰਮ ਹੋਣਾ ਚਾਹੀਦਾ, ਮਤਲਬ ਇੱਕ ਹੀ ਧਰਮ ਹੋਣਾ ਚਾਹੀਦਾ ਨਾ। ਹੁਣ ਉਸ ਮਤੇ ਨੂੰ ਜਿਹੜਾ ਕੁਦਰਤ ਦੇ ਖਿਲਾਫ ਆ, ਉਸ ਮਤੇ ਨੂੰ ਉਹਨੇ ਪਾਸ ਕਰਵਾ ਕੇ ਮਤਲਬ ਆਪਣੀ ਬਹੁਤ ਵੱਡੀ ਸ਼ਾਨ ਮੰਨੀ, ਤੇ ਨਾਲ ਦੇ ਨਾਲ ਉਹਨੇ ਮਤਾ ਨੂੰ ਭੇਜਿਆ ਕਸ਼ਮੀਰ, ਹੈ ਨਾ। ਕਸ਼ਮੀਰ ਦੇ ਜਿਹੜੇ ਬ੍ਰਾਹਮਣ ਪੰਡਿਤ ਸਨ, ਜਿਹੜੇ ਵਿਦਵਾਨ ਕਹਾਉਂਦੇ ਸਨ, ਹੈ ਨਾ, ਉਹਨਾਂ ਨੇ ਮੋਢੀ ਨੂੰ ਭੇਜਿਆ। ਕਿਉਂ? ਹੁਣ ਅੰਦਰ ਵਿੱਚ ਇੱਕ ਰੀਜਨ, ਇੱਕ ਕਾਰਨ, ਕਿਉਂਕਿ ਜਦੋਂ ਮੇਨ ਬੰਦਾ, ਮੇਨ ਜਰਨੈਲ ਜਦੋਂ ਜੰਗ ਦੇ ਵਿੱਚ ਜਦੋਂ ਆਪਣੀ ਹਾਰ ਕਬੂਲ ਕਰ ਲੈਂਦਾ ਨਾ ਜਾਂ ਪਿੱਛੇ ਹਟ ਜਾਂਦਾ ਜੀ, ਬਾਕੀ ਸਾਰੀ ਫੌਜ ਹਾਰ ਮੰਨੀ ਉਹਦੀ ਜਾਂਦੀ ਆ, ਮਤਲਬ ਕਿ ਗੋਡੇ ਟੇਕ ਲੈਂਦੀ ਹੈ ਨਾ, ਮੇਨ ਮੁੱਦੇ ਦੀ ਗੱਲ ਆ ਵਾ ਨਾ। ਹੁਣ ਅੱਥੋਂ ਹੀ ਜਿਹੜਾ ਉਹਨਾਂ ਨੇ ਮੋਢੀਆਂ ਨੂੰ ਫੜਿਆ ਨਾ, ਮਤਲਬ ਹੈਡ ਸੀ ਜਿਹੜੇ ਕਿ ਵਿਦਵਾਨ ਪੰਡਿਤ ਹੈ ਨਾ, ਬ੍ਰਾਹਮਣ, ਤੇ ਉਹਨਾਂ ਵਿੱਚੋਂ ਕਿਰਪਾ ਰਾਮ ਜਿਹੜਾ ਪੰਡਿਤ ਵਾ ਨਾ, ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਆ, ਉਹਨਾਂ ਦਾ ਨਾਮ ਜਿਹੜਾ ਮੋਢੀ ਵਿੱਚ ਦੱਸੇ ਜਾਂਦੇ, ਉਹ ਉਹਨਾਂ ਦੇ ਹੈੱਡ ਸਨ, ਹੈ ਨਾ। ਤੇ ਉਹਨਾਂ ਨੇ ਮਤਲਬ ਕਿ ਜਾ ਕੇ ਚਿੱਠੀ ਪੱਤਰ ਪਾਇਆ ਵੀ ਏਦਾਂ ਸਾਡਾ ਧਰਮ ਕਬੂਲ ਕਰੋ,
ਹੈਰਾਨੀ ਤੇ ਪੈਸਾ ਲਓ, ਧਨ ਲਓ, ਦੌਲਤ ਲਓ, ਜੋ ਦੁਨੀਆਂ ਦੀ ਸ਼ੋਹਰਤ ਲੈਣੀ ਲਓ, ਮਤਲਬ ਪਿਆਰ ਨਾਲ, ਇੱਜ਼ਤ ਨਾਲ, ਹਰ ਤਰੀਕੇ ਨਾਲ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਧਰਮ ਨਹੀਂ ਕਬੂਲਿਆ। ਹਾਂ ਜੀ, ਹੁਣ ਉਹਨਾਂ ਨੇ ਧਰਮ ਨਹੀਂ ਕਬੂਲਿਆ ਤੇ ਉਹ ਤਸ਼ੱਦਦ ਕਰਨ ਲੱਗ ਪਏ, ਜ਼ੁਲਮ ਕਰਨ ਲੱਗ ਪਏ। ਜ਼ੁਲਮ ਵੀ ਉਹਨਾਂ ਨੇ ਇੰਨਾ ਕੀਤਾ, ਉਹਨਾਂ ਨੇ ਧਰਮ ਦੀ ਹਰ ਤਰੀਕੇ ਨਾਲ ਨਿਰਾਦਰੀ ਕੀਤੀ, ਹੈ ਨਾ। ਮੰਦਿਰ ਢਾਏ ਗਏ ਉਹਨਾਂ ਦੇ, ਮਤਲਬ ਕਿ ਜੰਜੂ ਲਾ ਕੇ, ਹੈ ਨਾ, ਜਨੇਊ ਲਾ ਕੇ ਉਹਨਾਂ ਨੂੰ, ਮਤਲਬ ਕੀ ਕੀਤਾ ਗਿਆ ਜੀ, ਖੂਨ ਨਾਲ ਭੇਂਦੇ ਸੀ। ਕਹਿੰਦੇ ਸਵਾ ਮਨ, ਹੈ ਨਾ, ਜੰਜੂ ਰੋਜ਼ ਲਾ ਕੇ ਖੂਨ ਨਾਲ ਭੇ ਕੇ ਔਰੰਗਜ਼ੇਬ ਨੂੰ ਦੱਸਿਆ ਜਾਂਦਾ, ਤੇ ਫਿਰ ਔਰੰਗਜ਼ੇਬ ਜਿਹੜਾ ਰੋਟੀ ਖਾਂਦਾ ਸੁਣ ਜਿਉਂਦਾ ਜਾਗਦਾ ਰਾਕਸ਼ਸ ਹੀ ਹੋ ਗਿਆ ਨਾ ਜੀ, ਜਿਹੜਾ ਬੰਦਾ ਰੋਜ਼ ਸਵਾ ਮਨ ਜਨੇਊ ਭੇ ਕੇ ਖੂਨ ਦੇ ਨਾਲ, ਮਤਲਬ ਇੰਨਾ ਲੋਕਾਂ ਦਾ ਖੂਨ ਡੋਲ ਕੇ, ਤੇ ਫਿਰ ਜਾ ਕੇ ਉਹਨੇ ਰੋਟੀ ਖਾਣੀ, ਹੈ ਨਾ। ਮਤਲਬ ਇੰਨਾ ਗੰਦਾ ਰਾਜ ਉਹਨੇ ਕੀਤਾ, ਹੁਣ ਹੱਥੋਂ ਹਿਸਾਬ ਲਾ ਲਓ ਕਿੰਨਾ ਪਾਪੀ ਹੋ ਗਿਆ ਨਾ। ਉਸ ਤੋਂ ਬਾਅਦ ਉਹਨੇ ਕੀ ਕੀਤਾ ਜੀ, ਫਿਰ ਮਤਲਬ ਕਿ ਚਿੱਠੀ ਪੱਤਰ ਪਾਇਆ ਵੀ ਤੁਸੀਂ ਧਰਮ ਜੇ ਪਿਆਰ ਨਾਲ ਨਹੀਂ ਕਬੂਲਦੇ, ਤਸ਼ੱਦਦ ਹੋ ਗਈ, ਸਾਰਾ ਕੁਛ ਹੋ ਗਿਆ, ਤੇ ਹੁਣ ਜਿਹੜਾ ਜ਼ੁਲਮ ਦੀ ਇਮਤਿਹਾਨ ਨੂੰ ਹੋਰ ਵਧਾ ਦਿਓ, ਹੈ ਨਾ। ਮਤਲਬ ਕਿ ਜਿਹੜੇ ਵੀ ਉਹਦੇ ਥੱਲੇ ਅੰਡਰ ਜਿਹੜੇ ਰਾਜੇ ਆਉਂਦੇ ਸਨ, ਜੋ ਵੀ ਹੁੰਦੇ ਸੀ ਨਾ, ਉਹਨਾਂ ਨੂੰ ਸਾਰੇ ਚਿੱਠੀ ਪੱਤਰ ਪਾ ਤਾ। ਉਸ ਤੋਂ ਬਾਅਦ ਉਹ ਕਸ਼ਮੀਰੀ ਪੰਡਿਤਾਂ ਨੇ ਉਹਨੂੰ ਚਿੱਠੀ ਪੱਤਰ 'ਚ ਪਾਇਆ ਵੀ 6 ਮਹੀਨਿਆਂ ਦਾ ਸਾਨੂੰ ਸਮਾਂ ਦੇ ਦਿਓ, 6 ਮਹੀਨਿਆਂ ਬਾਅਦ ਅਸੀਂ ਆਪ ਹੀ ਆ ਕੇ ਤੁਹਾਡੇ ਧਰਮ ਨੂੰ ਕਬੂਲ ਲਾਂਗੇ। ਹੁਣ ਉਹ ਬ੍ਰਾਹਮਣ ਪੰਡਿਤਾਂ ਨੂੰ ਆਇਆ ਸੀ ਨਾ, ਵੀ ਅਸੀਂ ਜਾਂਦੇ ਅਮਰਨਾਥ ਦੀ ਗੁਫਾਵਾਂ ਵਿੱਚ, ਹੈ ਨਾ, ਉੱਥੇ ਜਾ ਕੇ ਕਿਸੇ ਦੇਵਤੇ ਨੂੰ ਪ੍ਰਗਟ ਕਰਦੇ, ਕਿਉਂਕਿ ਮੋਢੀ ਦੇਵਤਾ ਮੰਨਿਆ ਜਾਂਦਾ ਸ਼ਿਵਜੀ, ਹੈ ਨਾ। ਹੁਣ ਉਹਨਾਂ ਨੇ ਕਿਹਾ ਅਸੀਂ ਸ਼ਿਵਜੀ ਨੂੰ ਪ੍ਰਗਟ ਕਰ ਲਾਂਗੇ, ਅਮਰਨਾਥ ਦੀ ਗੁਫਾ ਵਿੱਚ ਜਾਂਦੇ ਆ, ਉੱਥੇ ਜਾ ਕੇ ਭਗਤੀ ਕਰਦੇ, ਤਪੱਸਿਆ ਕਰਦੇ। ਹੁਣ ਹੈ ਤਾਂ ਵਿਦਵਾਨ ਸੀ ਨਾ, ਤੇ ਰਿੱਧੀਆਂ ਸਿੱਧੀਆਂ ਵੀ ਸੀ, ਪਰ ਉਹ ਚੱਲ ਨਹੀਂ ਰਹੀਆਂ ਸੀ ਕਿਸੇ ਵੀ, ਇਹਨਾਂ ਨੂੰ ਐਸੀ ਕੋਈ ਦੇਵੀ ਜਾਂ ਦੇਵਤਾ ਕੋਈ ਪ੍ਰਗਟ ਹੋਵੇ ਤੇ ਇਹਨਾਂ ਦਾ ਰਾਕਸ਼ਸ ਰੋਜ ਦਾ ਨਾਸ਼ ਕਰੇ, ਹੈ ਨਾ, ਮਤਲਬ ਕਿ ਇਹਨਾਂ ਨੂੰ ਅੰਤ ਕਰੇ, ਇਹਨਾਂ ਦਾ ਖਾਤਮਾ ਕਰੇ। ਉਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਜੀ, ਉਹ ਗੁਫਾਵਾਂ ਵਿੱਚ ਜਿਵੇਂ ਵੀ ਲਾ ਲਓ, ਉਹਨਾਂ ਨੇ ਮਹਾਯੱਗ ਕੀਤਾ, ਮਹਾਂ ਮੰਤਰ ਪੜ੍ਹੇ, ਹੈ ਨਾ, ਜੋ ਵੀ ਸੀ ਸਾਰਾ ਕੁਛ ਕੀਤਾ। ਉੱਥੇ ਕਹਿੰਦੇ ਕਈ ਤੇ ਇਤਿਹਾਸਕਾਰ ਇਹ ਮੰਨਦੇ ਆ ਜੀ, ਆਪਣਾ ਆਕਾਸ਼ਵਾਣੀ ਹੋਈ ਆ, ਹੈ ਨਾ, ਵੀ ਆਵਾਜ਼ ਆਈ ਆ ਵੀ ਜੇ ਤੁਹਾਨੂੰ ਕੋਈ ਦੁਨੀਆਂ 'ਚ ਬਚਾ ਸਕਦਾ ਵਾ ਤਾਂ ਇੱਕੋ ਹੀ ਘਰ ਬਚਾ ਸਕਦਾ, ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ, ਨਾ, ਤੇ ਉਹਨਾਂ ਦੇ ਘਰੋਂ ਜਿਹੜੇ ਕਿ 9ਵੇਂ ਪਾਤਸ਼ਾਹ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਹੈ ਨਾ, ਜਿਹੜੇ 9ਵੇਂ ਗੁਰੂ ਨਾਨਕ ਹਨ, ਉਹੀ ਤੁਹਾਨੂੰ ਬਚਾ ਸਕਦੇ, ਉਹੀ ਤੁਹਾਡੀ ਬਾਂਹ ਫੜ ਸਕਦੇ, ਹੈ ਨਾ, ਤੁਹਾਡੇ ਧਰਮ ਨੂੰ ਬਚਾ ਸਕਦੇ, ਹੈ ਨਾ। ਤੇ ਇੱਕ ਕਹਿੰਦੇ ਆ, ਮਤਲਬ ਕਿ ਚਿੱਠੀ ਉਹਨਾਂ ਨੂੰ ਸ਼ਿਵਜੀ ਵੱਲੋਂ ਪ੍ਰਗਟ ਕੀਤੀ ਗਈ ਆ ਵੀ ਸ਼ਿਵਜੀ ਨੇ ਉਹਨਾਂ ਨੂੰ ਚਿੱਠੀ ਦਿੱਤੀ ਆ, ਜਿਹਦੇ ਵਿੱਚ ਜਿਹੜਾ ਕਿ ਗੁਰੂ ਪਾਤਸ਼ਾਹ ਦਾ ਨਾਮ ਲਿਖਿਆ ਹੋਇਆ ਸੀ ਨਾ, ਮਤਲਬ ਕਿ ਦੱਸਿਆ ਜੇ ਤੁਹਾਨੂੰ ਕੋਈ ਬਚਾ ਸਕਦਾ ਵਾ, ਕਿਸੇ ਨੇ ਨਹੀਂ ਪ੍ਰਗਟ ਹੋਣਾ, ਉਹੀ ਤੁਹਾਨੂੰ ਬਚਾ ਸਕਦਾ, ਖੁਦ ਅਕਾਲ ਪੁਰਖ ਧਰਤੀ ਤੇ ਹੈਗਾ, ਉਹਨਾਂ ਦੀ ਜਾ ਕੇ ਸ਼ਰਨ ਪੈ ਜਾਓ, ਚਰਨੀ ਪੈ ਜਾਓ, ਤੇ ਤੁਹਾਡਾ ਸਾਰਾ ਹੱਲ ਹੋ ਜੂਗਾ, ਹੈ ਨਾ। ਉਸ ਤੋਂ ਬਾਅਦ ਜੀ ਫਿਰ ਉਹ ਸਿੱਧੀ ਅਮਰਨਾਥ ਦੀ ਗੁਫਾ ਤੋਂ ਅਨੰਦਪੁਰ ਸਾਹਿਬ ਆ ਜਾਂਦੇ, ਇਹਨਾਂ ਨੇ ਨੰਦਾ ਦੀ ਪੁਰੀ ਵਿੱਚ ਆ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਆ। ਬੜਾ ਹੀ ਉਹਨਾਂ ਨੇ ਮੈਨੂੰ ਰੋਣਾ ਧੋਣਾ ਸਭ ਕੁਛ ਉਹਨਾਂ ਨੇ ਮੈਨੂੰ ਕਿਹਾ ਹੀ ਸੀ, ਉਹ ਸਭ ਕੀਤਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਰੀ ਉਹਨਾਂ ਦੀ ਫਰਿਆਦ ਸੁਣੀ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਇੱਕਦਮ ਚੁੱਪ ਹੋ ਗਏ ਤੇ ਸਾਰੇ ਮਤਲਬ ਕਹਿੰਦੇ ਦਰਬਾਰ ਵੀ ਇੱਕਦਮ ਸ਼ਾਂਤੀ ਦਾ ਮਤਲਬ ਕਿ ਚੁੱਪ ਹੋ ਗਏ, ਸਾਰਾ ਸਨਾਟਾ ਸਾ ਗਿਆ। ਉਧਰੋਂ ਸ੍ਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਸ਼ਮੇਸ਼ ਪਿਤਾ, ਹੈ ਨਾ, ਜਿਹੜੇ ਕਿ ਗੋਬਿੰਦ ਰਾਏ ਸਨ ਉਸ ਸਮੇਂ, ਹੈ ਨਾ, 8-9 ਵਰਿਆਂ ਦੀ ਉਮਰ ਦੱਸੀ ਜਾਂਦੀ ਉਹਨਾਂ ਦੀ, ਤੇ ਉਹ ਆ ਕੇ ਆਪਣੇ ਗੁਰੂ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਵਿਰਾਜਮਾਨ ਹੁੰਦੇ ਆ, ਸਜਦੇ ਆ ਤੇ ਪੁੱਛਦੇ ਆ ਕਿ ਗੁਰੂ ਪਿਤਾ ਜੀ ਕੀ ਮਾਹੌਲ ਬਣਿਆ ਵਾ, ਕੀ ਗੱਲਬਾਤ ਆ। ਤੇ ਉਹ ਸਾਰਾ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਇਤਿਹਾਸ ਦੱਸਦੇ ਆ, ਨਾ, ਗੋਬਿੰਦ ਰਾਏ ਨੂੰ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਹੋਏ, ਨਾ, 10ਵੇਂ ਗੁਰੂ ਹੋਏ ਇਹਨਾਂ, ਉਸ ਸਮੇਂ ਗੋਬਿੰਦ ਰਾਏ ਸਨ, ਨਾ। ਉਸ ਤੋਂ ਬਾਅਦ ਉਹ ਸਾਰਾ ਉਹਨਾਂ ਦੀ ਮਤਲਬ ਕਿ ਕਥਾ ਦੱਸਦੇ, ਸਾਰੀ ਗੱਲਬਾਤ ਦੱਸਦੇ ਆ। ਤੇ ਫਿਰ ਉਹ ਕਹਿੰਦੇ ਵੀ ਜਾਂ ਤਾਂ ਕੋਈ ਸ਼ਹਾਦਤ ਦੇਵੇ ਤੇ ਜਾਂ ਕੋਈ ਇਹਨਾਂ ਦੇ ਈਨ ਮੰਨੇ, ਨਾ, ਕੋਈ ਵੱਡਾ ਇਹਨਾਂ ਦੇ ਗੁਰੂ ਜਾਂ ਕੋਈ ਇਹਨਾਂ ਦਾ ਵੱਡਾ ਜਿਹੜਾ ਮੇਨ ਹੈਗਾ ਵਾ ਹੈੱਡ, ਹੈ ਨਾ। ਫਿਰ ਗੁਰੂ ਪਾਤਸ਼ਾਹ ਨੇ ਕਿਹਾ ਵਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਹੜੇ ਕਿ ਗੋਬਿੰਦ ਰਾਏ ਸੀ, ਉਹਨਾਂ ਨੇ ਕਿਹਾ ਵੀ ਆਪ ਜੀ ਤੋਂ ਵੱਡਾ ਪ੍ਰਤਾਪੀ ਤੇ ਮਹਾਂਗੁਰੂ ਕੌਣ ਹੋ ਸਕਦਾ ਵਾ, ਨਾ, ਮਤਲਬ ਕਿ ਆਪ ਹੀ ਤਾਂ ਸਾਰਾ ਕੁਛ ਹੋ, ਹੈ ਨਾ, ਆਪ ਖੁਦ ਅਕਾਲ ਪੁਰਖ, ਆਪ ਜਾਓ, ਚਾਹੇ ਸ਼ਹਾਦਤ ਦੇਣੀ ਪਏ, ਸ਼ਹੀਦੀ ਹੋਵੇ, ਚਾਹੇ ਮਤਲਬ ਜੋ ਵੀ ਕਰਨਾ ਪਏ, ਇਹਨਾਂ ਦੇ ਧਰਮ ਨੂੰ ਕੁਛ ਨਹੀਂ ਹੋਣਾ ਚਾਹੀਦਾ, ਨਾ। ਹੁਣ ਅੱਤੂ ਹਿਸਾਬ ਲਾ ਲਓ ਜੀ, ਜਦੋਂ ਖੁਦ ਅਕਾਲ ਪੁਰਖ ਨੇ ਹੱਥ ਰੱਖਤਾ ਤੇ ਦੁਨੀਆਂ ਵਿੱਚ ਫਿਰ ਕਿਹੜੀ ਤਾਕਤ ਲੱਗ ਜੇ, ਉਹ ਨਹੀਂ ਇਹਨੂੰ ਕਰ ਸਕਦੀ ਜੀ, ਨਾ ਗੋਡੇ ਟਿਕਾ ਸਕਦੀ ਹੈ, ਨਾ, ਮਤਲਬ ਨੀਵਾਂਪਨ ਨੂੰ ਦਿਖਾ ਸਕਦੀ ਹੈ, ਨਾ। ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਾਂਦੇ ਆ ਉਹਨਾਂ ਨਾਲ ਜਾ ਕੇ, ਜਿਹੜਾ ਮਤਲਬ ਦਿੱਲੀ ਦੇ ਵਿੱਚ, ਹੈ ਨਾ, ਤੇ ਆਪਣੀ ਸ਼ਹਾਦਤ ਮਤਲਬ ਕਿ 5 ਸਿੱਖਾਂ ਨਾਲ ਜਾਂਦੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਨਾ, ਭਾਈ ਦਿਆਲਾ ਜੀ ਤੇ ਹੋਰ ਵੀ ਜਿਹੜੇ 2 ਸਿੱਖ ਹੁੰਦੇ ਆ, ਨਾ, ਉਹਨਾਂ ਨੂੰ ਜਾ ਕੇ ਸ਼ਹਾਦਤ ਪ੍ਰਾਪਤ ਕਰਦੇ ਆ।
ਤੇ ਉਹ ਸਾਰਾ ਕੁਤਕ ਵਰਤਦਾ ਵਾ ਨਾ। ਤੇ ਇਹ ਸਾਰਾ ਮਤਲਬ ਕਿ ਜੇ ਗੁਰੂ ਪਾਤਸ਼ਾਹ ਨੇ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਅੱਜ ਪੂਰੀ ਦੁਨੀਆ ਦਾ ਪੂਰੇ ਵਰਲਡ ਦਾ ਇਤਿਹਾਸ ਕੁਛ ਹੋਰ ਆਉਣਾ ਸੀ, ਹਨਾ, ਕਿਉਂਕਿ ਧਰਮ ਹੀ ਇੱਕ ਰਹਿ ਜਾਣਾ ਸੀ ਕਿਉਂਕਿ ਔਰੰਗਜ਼ੇਬ ਤੇ ਪਾਸ ਹੋ ਹੀ ਗਿਆ ਸੀ ਉਹਦੇ ਵਿੱਚ, ਹਨਾ, ਲਗਭਗ ਤਾਂ ਮਤਲਬ ਸਾਰੇ ਪਾਸੇ ਉੱਥੇ ਗੁਰੂ ਪਾਤਸ਼ਾਹ ਨੇ ਉਹਦੇ ਸਾਰਾ ਨਕੇਲ ਪਾਈ, ਨੱਥ ਪਾਈ ਉਹਨੂੰ, ਹਨਾ, ਤੇ ਉਸ ਦੁਸ਼ਟ ਪਾਪੀ ਮਤਲਬ ਕਿ ਰਾਜੇ ਨੂੰ ਬਾਦਸ਼ਾਹ ਨੂੰ ਰੋਕਿਆ ਵਾ ਜ਼ੁਲਮ ਕਰਨ ਤੋਂ, ਹਨਾ, ਇਮਤਿਹਾਨ ਕਰਨ ਤੋਂ, ਹਨਾ। ਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ, ਜਿਹੜਾ ਕਿ ਮੰਦਰਾਂ 'ਚ ਜੇ ਟੱਲ ਵੱਜ ਰਹੇ ਆ ਉਹ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੱਜ ਰਹੇ ਆ ਨਾ, ਮਤਲਬ ਉਹਨਾਂ ਦੀ ਕਿਰਪਾ ਨਾਲ। ਜੇ ਤਿਲਕ ਲੱਗ ਰਹੇ ਆ ਜਾਂ ਜੋਤਾਂ ਜਗ ਰਹੀਆਂ ਜੋ ਵੀ ਹੋ ਰਿਹਾ ਸਾਰੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹੀ ਹੋ ਰਿਹਾ ਵਾ ਨਾ। ਜੇ ਗੁਰੂ ਪਾਤਸ਼ਾਹ ਨਾ ਸ਼ਹਾਦਤ ਦਿੰਦੇ ਨਾ ਸ਼ਹੀਦੀ ਕਰਾਉਂਦੇ ਤੇ ਸੋਚ ਕੇ ਦੇਖੋ ਮਤਲਬ ਕਿ ਸਭ ਕੁਛ ਖਤਮ ਸੀ। ਕਿਉਂਕਿ ਕਈ ਵੀਰ ਭਰਾ ਵੀ ਸ਼ਬਦ ਵਰਤ ਲੈਂਦੇ ਬਲੀਦਾਨ ਹੋ, ਬਲੀਦਾਨ ਬੜਾ ਗਲਤ ਸ਼ਬਦ ਆ, ਉਹ ਸਾਹਿਬਜ਼ਾਦਿਆਂ ਵਾਸਤੇ ਵੀ ਵਰਤ ਲੈਂਦੇ ਆ ਤੇ ਗੁਰੂ ਸਾਹਿਬਾਨਾਂ ਵਾਸਤੇ ਵੀ ਵਰਤ ਲੈਂਦੇ। ਕਈ ਤੇ ਮਰਦੇ ਸ਼ਬਦ ਵੀ ਲਿਖ ਦਿੰਦੇ ਆ ਨਾ ਵੀ ਮਰ ਗਏ ਉਹ ਆ ਫਲਾਣਾ ਢਮਾਣਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀਰੋ ਭਰਾਵੋ ਇਤਿਹਾਸ ਪੜ੍ਹ ਲਿਆ ਕਰੋ ਚੰਗੀ ਤਰ੍ਹਾਂ, ਸ਼ਬਦ ਦੀ ਆਪਣੀ ਜਿਹੜੀ ਬੋਲ ਇਹਨਾਂ ਨੂੰ ਸੁਧਾਰੋ, ਹਨਾ, ਕਿਉਂਕਿ ਇਹ ਸ਼ਬਦ ਬਹੁਤ ਤੁਸੀਂ ਗਲਤ ਵਰਤਦੇ ਹੋ। ਕਿਵੇਂ? ਕਿਉਂਕਿ ਬਲੀਦਾਨ ਹੁੰਦੀ ਹੈ, ਬਲੀ ਦਾ ਮਤਲਬ ਬਲੀ ਦੇਣੀ ਜਾ ਕੇ ਨਾ, ਮਤਲਬ ਬਲੀ ਦਿੱਤੀ ਗਈ ਹੈ ਜਾਂ ਬਲੀ ਲੈਣੀ ਹੈ ਜਾਂ ਕੁਛ ਵੀ ਕਰਨਾ ਨਾ, ਉਹ ਬੱਕਰੇ ਦੀ ਹੁੰਦੀ ਹੈ ਜਾਂ ਜਾਨਵਰ ਦੀ ਹੁੰਦੀ ਹੈ, ਹਨਾ। ਉਹਨਾਂ ਨੇ ਸ਼ਹਾਦਤ ਦਿੱਤੀ ਆ, ਉਹਨਾਂ ਨੇ ਸ਼ਹੀਦੀ ਦਿੱਤੀ, ਆਪਣੀ ਕੁਰਬਾਨੀ ਦਿੱਤੀ ਆ, ਤੇ ਬਲੀ ਫਿਰ ਕਿਧਰੋਂ ਸ਼ਬਦ ਜੁੜ ਗਿਆ ਜੀ, ਹਨਾ। ਤੇ ਇਹ ਵੀ ਬਹੁਤ ਗਲਤ ਸ਼ਬਦ ਹੈਗਾ। ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਜਿਹੜੇ ਕਹਿੰਦੇ ਮਰ ਗਏ ਨਾ, ਮਰ ਗਏ ਸ਼ਬਦ ਇੰਨਾ ਗੰਦਾ ਸ਼ਬਦ ਹੈ ਜੀ ਤੁਹਾਡੇ ਹੀ, ਮੈਂ ਕਹਿੰਦਾ ਮਤਲਬ ਹੁਣ ਮੈਂ ਕੀ ਕਹਾਂ ਜੀ, ਮਤਲਬ ਹੁਣ ਇੰਨਾ ਗਲਤ ਸ਼ਬਦ ਵਰਤ ਰਹੇ, ਮੈਂ ਕਹਿੰਦਾ ਜ਼ਬਾਨ ਸੜ ਜਾਣੀ ਚਾਹੀਦੀ ਹੈ ਇਹੋ ਜਿਹੀ ਗੁਰੂ ਪ੍ਰਤੀ ਸ਼ਬਦ ਵਰਤ ਰਹੇ ਹੋ। ਗੁਰੂ ਸਾਹਿਬ ਤੇ ਜੋਤੀ ਜੋਤ ਹੋਏ ਆ, ਉਹ ਪ੍ਰਗਟ ਹੋਏ ਆ ਤੇ ਜੋਤੀ ਜੋਤ ਹੋਏ ਆ, ਬਸ ਦੋ ਹੀ ਗੱਲਾਂ ਹੋਈਆਂ। ਤੇ ਉਸ ਤੋਂ ਬਾਅਦ ਉਹ ਗੁਰੂ ਜਿਹੜਾ ਸਾਡਾ ਕਿਤੇ ਗਿਆ ਹੀ ਨਹੀਂ ਹੈਗਾ, ਉਹ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਕਿ ਗੁਰਬਾਣੀ ਸ਼ਬਦ ਰੂਪ ਦੇ ਵਿੱਚ ਵਿਰਾਜਮਾਨ ਹੋ ਗਏ ਸਦੀਵੀ ਕਾਲ ਵਾਸਤੇ। ਤੇ ਹੁਣ ਦੱਸੋ ਗੁਰੂ ਪਾਤਸ਼ਾਹ ਗਏ ਕਿੱਥੇ ਹੁਣ, ਹਨਾ? ਮਰਦੇ ਤੇ ਉਹ ਆ ਜਿਹਨਾਂ ਦਾ ਜਨਮ ਹੁੰਦਾ ਵਾ, ਗੁਰੂ ਪਾਤਸ਼ਾਹ ਦਾ ਤੇ ਪ੍ਰਕਾਸ਼ ਹੋਇਆ ਵਾ, ਜਨਮ ਤੇ ਤੁਹਾਡੇ ਮੇਰੇ ਵਰਗਾ ਹੁੰਦਾ, ਮਰਨਾ ਵੀ ਤੁਹਾਡੇ ਮੇਰੇ ਵਰਗਾ ਹੁੰਦਾ ਵਾ, ਪਰ ਉਹਨਾਂ ਲਈ ਪ੍ਰਕਾਸ਼ ਸ਼ਬਦ ਜੋਤੀ ਜੋਤ ਸ਼ਬਦ ਵਰਤਿਆ ਕਰੋ। ਮਰ ਗਏ ਹੋ ਗਏ ਜਾਂ ਬਲੀਦਾਨ ਹੈ, ਬਹੁਤ ਗੰਦੇ ਸ਼ਬਦ ਹੈ ਜੀ, ਨਾ ਵਰਤਿਆ ਕਰੋ। ਬਹੁਤ ਮਤਲਬ ਕਿ ਮੈਂ ਕਹਿੰਦਾ ਪਾਪੀ ਉਹ ਬੰਦਾ ਪਾਪ ਦੇ ਭਾਗੀਦਾਰ ਬਣ ਜਾਂਦਾ ਇਹ ਸ਼ਬਦ ਵਰਤ ਕੇ ਜੀ, ਹਨਾ। ਤੇ ਇਸ ਕਰਕੇ ਬਸ ਇੰਨੀ ਕੋਈ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਉਮੀਦ ਕਰਦਾ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੇਗੀ। ਉਚਾਨੀਆਂ ਵਿੱਚ ਸ਼ਬਦ ਬੋਲ ਗਿਆ ਵਾ, ਕਿਸੇ ਦੇ ਹਰਦਾ ਦੁਖੀ ਹੈ ਤੇ ਉਹਦੇ ਲਈ ਤਹਿ ਦਿਲ ਤੋਂ ਮਾਫੀ, ਆਪਾਂ ਕਿਸੇ ਦਾ ਹਰਦਾ ਨਹੀਂ ਦਿਖਾਉਣਾ ਚਾਹੁੰਦੇ, ਹਨਾ। ਆਪਾਂ ਤੁਹਾਨੂੰ ਜੋ ਸੱਚੇ ਇਤਿਹਾਸ ਸੀ ਤੁਹਾਡੇ ਅੱਗੇ ਲੈ ਕੇ ਆਏ ਹਾਂ। ਤੇ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਜਲਦ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਵਿੱਚ। ਵੀਡੀਓ ਨੂੰ ਮਤਲਬ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ।